विधानसभा हलका पट्टी दे अधीन पेंडे पिंड बग्गूपुर विखे दिल नूं झंझोड़ देण वाला मामला सामने आया है, जिस विच एक कड़ाके दी ठंड विच एक मां अपनियां चार जवान धीआं नूं नाल लै के दो वक्त दी रोटी खाण लई दर दर दीआं ठोकरां खा रही है। इस संबंधी जानकारी दिंदे होए पीड़ित औरत कुलविंदर कौर ने दस्या कि पहला तां उसदा पति नशे दे लोर विच घरों चला गया अते कई साल बीत चुके पर अजे तक घर वापिस नहीं आया, जिस तो बाद उसका सोरा परिवार उसनों तंग परेशान करन लग पिया है। उसनों घरों कढ़ दिता, जिस तो बाद वो किराए ते कमरा लैके पिंड विच ही रहन लग पई। पीड़ित औरत ने दसिया कि उस दियां चार तियां ने ते उसनों रात दिन एक ही चिंता सता रही है कि वो अपनी तियां नूं किस तरीके दे नाल पढ़ा लिखा सकेगी। पीड़ित औरत ने कहा कि हुण जिन्हां दा घर उन्हां कोल किराए ते है वह भी घर खाली करन नूं कह रहे ने, जिस करके इस कड़ाके दी ठंड विच उसनों दर दर दियां ठोकरां खाणियां पैणगियां। पीड़ित औरत अते उस दियां तियां ने अते पिंड वासियां ने समाज सेवियां तों मंग कीती है कि उन्हां दी कोई ना कोई सहायता जरूर कीती जावे। की नाम काके दा? बलजीत कौर। की गल काके, की हालात ने घर दे तुहाडे? दाड़ी करे चल, घरों चले गए, वो नशा करते ही सुखा पीते ही करके वो घरों चले गए, उन्होंने पता नहीं लगा कितने चले गए। फिर यही इस तरह चलो साढ़े दादा होनी तंग करते ही साढ़ा ताया भी, फिर अं इस तरह मासी को चले गए, मासी उन्होंने भी हाँ फिर आके जवाब देता, फिर अं नाड़के चले गए, नाड़के तो फिर अं इतने आ गए, अं ठाणे गए, ठाणे दरखास्त दी ही ਸਾਡੀ ਡਾੜੀ ਤੇ, ਫਿਰ ਅਸੀਂ ਉੱਥੋਂ ਆ ਗਏ, ਫਿਰ ਅਸੀਂ ਉੱਥੇ ਇੱਕ ਅੰਟੀ ਉਹਨਾਂ ਸਾਨੂੰ ਇੱਥੇ ਲਿਆਉਂਦਾ, ਫਿਰ ਉਹ ਕਹਿੰਦੇ ਕਿ ਸਾਨੂੰ ਮੈਂ ਆਪਦੇ ਥਾਂ ਦੇ ਵਿੱਚ ਪਾ ਦਿੱਤੀ, ਫਿਰ ਉਹਨਾਂ ਨੇ ਸਾਨੂੰ ਆਪਦੇ ਥਾਂ ਦੇ ਵਿੱਚ ਪਾਇਆ ਸੀ, ਫਿਰ ਉਹਨਾਂ ਨੇ ਵੀ ਆਪਦੇ ਘਰੋਂ ਸਾਨੂੰ ਆਪਦੇ ਘਰੋਂ ਕੱਢਤਾ ਸੀ। ਕਿਸੇ ਨੇ? ਹਾਂਜੀ। ਆਹ ਹੁਣ ਜਿਹਦੇ ਥਾਂ 'ਚ ਇਹ ਕਿਹੜੇ ਥਾਂ 'ਚ ਬੈਠੇ? ਇਹ ਆਪ ਉਹ ਗਿਰਤਵਾਲ ਰਹਿੰਦੇ ਆ। ਅੱਛਾ। ਹਾਂਜੀ, ਕਿਰਾਇਆ ਦੇ ਨੇ ਇਹਨਾਂ ਨੂੰ। ਸਕੂਲੇ ਨਹੀਂ ਜਾਂਦੇ ਤੇ? ਕਿਉਂ? ਸਕੂਲੇ ਫਿਰ ਇਤਨਾ ਰੋਟੀ ਪਾਣੀ ਫਿਰ ਅਸੀਂ ਇਤਨਾ ਹੀ ਕੰਮ ਕੁੰਮ ਕਰਕੇ ਫਿਰ ਸਰਦੇ। ਤੇ ਪਾਣੀ ਹੈ? ਪਾਣੀ ਵੀ ਬਾਹਰੋਂ ਲਿਆਉਂਦੇ ਤੇ? ਹਾਂਜੀ, ਪਾਣੀ ਆਵੇ ਲੱਗ ਕੇ ਇਹਦੇ ਘਰੋਂ ਲਿਆਉਣੇ। ਕੀ ਮੰਗ ਕਰਦੇ ਹੁਣ, ਕੀ ਚਾਹੁੰਦੇ ਤੇ? ਸਾਡੀ ਹੁਣ ਵੱਧ ਤੋਂ ਵੱਧ ਕੁਛ ਹੈਲਪ ਕਰੇ, ਫਿਰ ਅਸੀਂ ਆਪਦੀ ਰੋਟੀ ਪਾਣੀ ਅਸੀਂ ਆਪਦਾ ਖਾਈਏ। ਮੋਬਾਈਲ ਨੰਬਰ ਕਿੰਨਾ ਤੁਹਾਡਾ? 7107 84 55 ਮਿੰਨਤ ਮਨਜ਼ੂਰੀ ਕਰਦੇ, ਕਦੀ ਗੋਹਾ ਸੁੱਟ ਲਿਆ, ਕਦੀ ਪੋਚੇ ਲਾ ਲਿਆ, ਇੱਦਾਂ ਹੀ ਟਾਈਮ ਪਾਸ ਕਰਦੇ। ਕਿੰਨੇ ਬੱਚੇ? 4 ਗੁੱਡੇ। ਕੁੜੀਆਂ ਹੀ ਹੈ? ਹਾਂਜੀ। ਤੇ ਕਿਤਰਾ ਰੋਟੀ ਪਾਣੀ ਦਾ ਉਹਨਾਂ ਦਾ ਕਿਤਰਾ ਚੱਲਣਦੇ? ਰੋਟੀ ਪਾਣੀ ਦਾ ਇੱਦਾਂ ਹੀ ਆ, ਗੋਹਾ ਗੋਹਾ ਸੁੱਟਦੀਆਂ ਤੇ ਬਹੁਤ ਬੰਦਾ ਹਾਲੇ। ਸਕੂਲੇ ਜਾਂਦੀਆਂ ਕੁੜੀਆਂ? ਸਕੂਲੇ ਵੀ ਕਿੱਥੋਂ ਜਾਣਾ ਇਹਨਾਂ ਨੇ ਜਦੋਂ ਘਰ ਦੇ ਹਾਲਾਤ ਹੀ ਮਾੜੇ ਹੋਣ। ਇੱਦਾਂ ਹੀ ਆ, ਨਾ ਕੋਈ ਲਾਈਟ ਹੀ ਹੈਗੀ ਤੇ ਪਾਣੀ ਕਿਸੇ ਦੇ ਘਰੋਂ ਲੈਣ ਜਾਂਦੇ, ਅਗਲੇ ਭਾਵੇਂ ਅੱਜ ਰੋਕ ਦੇਣ। ਇਹ ਜਿੱਥੇ ਰਹਿੰਦੇ ਕੋਈ ਦਾ ਥਾਂ ਤੁਹਾਡਾ? ਇਹ ਕਿਸੇ ਦਾ ਵਾ, 1500 ਰੁਪਈਆ ਕਿਰਾਇਆ ਦੇਣ। ਬੇਚਾਰੀ ਦੀਆਂ ਚਾਰ ਕੁੜੀਆਂ ਤਾਂ ਬੜੀ ਔਖੀ ਹੋ ਕੇ ਪਾਲਦੀ, ਤੇ ਇਹ ਕਮਰੇ ਚ ਵੀ ਕਿਸੇ ਦੇ ਰਹਿੰਦੀ ਏ, ਤੇ ਉਹ ਜਿਨ੍ਹਾਂ ਦੇ ਕਮਰੇ 'ਚ ਰਹਿੰਦੀ ਉਹ ਮੇਰੀ ਭੈਣ ਆ, ਕਿਤੋਂ ਵੱਲਦੀ ਆ, ਤਾਂ ਬਹੁਤ ਔਖਾ ਟਾਈਮ ਸਾਰਦੀ ਹੈ। ਰੋਟੀ ਪਾਣੀ ਵਿਚਾਰੀ ਘਰਾਂ ਦਾ ਕੰਮ ਕਰਦੀ ਹੈ। ਤੇ ਘਰ ਦਾ ਇਹ ਆ ਜਿਹੜਾ ਜਿਹੜੇ ਘਰ ਦੇ ਵਿੱਚ, ਇਹਦੇ ਵਿੱਚ ਨਾ ਕੋਈ ਗੁਸਲਖਾਨਾ ਹੈਗਾ, ਨਾ ਪਾਣੀ ਦਾ ਪ੍ਰਬੰਧ, ਕੁਛ ਨਹੀਂ, ਨਾ ਪਾਣੀ ਤੇ ਨਾ ਬੱਤੀ। ਵਿਚਾਰੀ ਪਾਣੀ ਸਾਡੇ ਘਰੋਂ ਲਿਆਉਂਦੀ ਆ, ਤੇ ਲਾਗੇ ਮੇਰਾ ਜੇਠ ਹੀ ਲੱਗਦਾ, ਉਹਨਾਂ ਘਰੋਂ ਬੱਤੀ ਵਿਚਾਰੇ ਬਾਲਦੇ ਆ। ਬੱਚੇ ਜਾਂਦੇ ਸਕੂਲੇ? ਬੱਚੇ ਵੀ ਵਿਚਾਰੇ ਨਾ ਕਿਤੇ ਇਸ ਤਰ੍ਹਾਂ ਸਰਕਾਰੀ ਸਕੂਲ ਹੀ ਜਾਂਦੇ, ਤੇ ਉਹ ਵੀ ਖਰਚਾ ਨਹੀਂ ਵਿਚਾਰੀ ਕੋਲ ਹੈਗਾ। ਹੁਣ ਕੀ ਚਾਹੁੰਦੇ ਕੀ ਤੁਸੀਂ ਗੁਆਂਢੀ ਹੁੰਦੇ?
ਚਾਹੁੰਦੇ ਅਸੀਂ ਇਹੋ ਵੀ ਇਹਦੀ ਜਿੰਨੀ ਵੀ ਮਦਦ ਵਿਚਾਰੀ ਦੀ ਕੀਤੀ ਜਾਵੇ ਓਨੀ ਥੋੜ੍ਹੀ ਆ।